ਨਵੰਬਰ ਮਹੀਨੇ ਨੂੰ Ontario ਵਿੱਚ Hindu Heritage Month ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਦੌਰਾਨ ਭਾਈਚਾਰੇ ਦੁਆਰਾ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ ਤੇ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਕਾਰੋਬਾਰ ਅਹਿਮ ਭੂਮਿਕਾ ਨਿਭਾਉਂਦੇ ਨੇ। ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਛੋਟੇ ਕਾਰੋਬਾਰਾਂ ਨੂੰ ਕਈ ਔਕੜਾਂ ਪੇਸ਼ ਆਈਆਂ। ਫਿਰ ਭਾਵੇਂ ਉਹ ਰੈਂਟ ਸਮੇਂ ਸਿਰ ਨਾ ਦੇ ਸਕਣ ਦੀ ਮੁਸ਼ਕਲ ਹੋਵੇ ਉਤਪਾਦਨ ਸੰਬੰਧੀ ਮੁਸ਼ਕਲਾਂ ਕਾਰੋਬਾਰਾਂ ਨੂੰ ਆਨਲਾਈਨ ਰੂਪ ਦੇਣਾ ਜਾਂ ਫਿਰ ਕਾਮਯਾ ਅਤੇ ਵਰਕਫੋਰਸ ਦੀ ਘਾਟ ਕਈ ਉਦਮੀਆਂ ਨੂੰ ਆਪਣੇ ਕਾਰੋਬਾਰ ਬੰਦ ਵੀ ਕਰਨੇ ਪਏ ਗਏ ਪਰ ਕਾਰੋਬਾਰਾਂ ਨੂੰ ਮੁੜ ਪੈਰੀਕਰਨ ਜਾਂ ਨਵਾਂ ਕਾਰੋਬਾਰ ਖੋਲਣ ਦੇ ਇੱਛੁਕ ਵਿਅਕਤੀਆਂ ਦੀ ਮਦਦ ਕਮਿਊਨਿਟੀ ਕਿਵੇਂ ਕਰ ਸਕਦੀ ਹੈ ਪੇਸ਼ ਹੈ ਇਸ ਸੰਬੰਧੀ ਹੋਈ ਚਰਚਾ ਦੇ ਮੁੱਖ ਅੰਸ਼ ਇਨੋਵੇਸ਼ਨ ਕਹ ਲੋ ਐਂਟਰਪ੍ਰੈਨਿਓਰਸ਼ਿਪ ਕਹ ਲੋ ਸਮਾਲ ਬਿਜ਼ਨੈਸਸ ਥੀਸ ਆਰ ਦਾ ਫਾਊਂਡਿੰਗ ਸਟੋਨ ਆਫ ਐਨੀ ਇਕਨੋਮੀ 스타ਟਅਪ ਬਲਿੰਕ ਦੁਆਰਾ ਦੁਨੀਆ ਭਰ ਦੇ ਸਟਾਰਟਅਪਸ ਸੰਬੰਧੀ ਬਣਾਈ ਗਈ ਇੱਕ ਲਿਸਟ ਵਿੱਚ ਕੈਨੇਡਾ ਨਵੇਂ ਕਾਰੋਬਾਰ ਖੋਲਣ ਲਈ ਦੁਨੀਆ ਦਾ ਚੌਥਾ ਸਭ ਤੋਂ ਵਧੀਆ ਦੇਸ਼ ਹੈ ਜ਼ਾਹਿਰ ਹੈ ਕਿ ਮਹਾਮਾਰੀ ਦੌਰਾਨ ਆਰਥਿਕ ਪੱਖੋਂ ਸੰਭਲ ਰਹੀ ਕੈਨੇਡੀਅਨ ਇਕਨੋਮੀ ਵੀ ਆਪਣੇ ਨਵੇਂ ਅਤੇ ਛੋਟੇ ਕਾਰੋਬਾਰੀਆਂ ਦਾ ਸਾਥ ਦੇਣਾ ਜਾਰੀ ਰੱਖੇ ਹੋਇਆ ਹੈ ਕੈਨੇਡਾ ਵਿੱਚ ਹਰ ਰੋਜ਼ ਦੇਸ਼ ਵਿੱਚ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿੱਚੋਂ ਕੁਝ ਨਾ ਦਾ ਸੁਪਨਾ ਆਪਣਾ ਕਾਰੋਬਾਰ ਖੋਲਣ ਦਾ ਵੀ ਹੁੰਦਾ ਹੈ। ਲੋਟ ਆਫ ਇੰਟਰਨੈਸ਼ਨਲ ਸਟੂਡੈਂਟ ਆਰ ਮਾਈਗ੍ਰੇਟਿੰਗ ਟੂ ਕੈਨੇਡਾ ਰਾਈਟ ਜਿਹੜੀ ਸਪਿਰਿਟ ਆਫ ਐਂਟਰਪ੍ਰੈਨਿਓਰਸ਼ਿਪ ਹੈ ਉਹ ਬੜੀ ਡੀਪ ਹੁੰਦੀ ਹੈ ਅਗਰ ਉਹਨਾਂ ਨੂੰ ਇੱਕ ਪ੍ਰੋਪਰ ਇਕੋਸਿਸਟਮ ਦਿੱਤਾ ਜਾਵੇ ਜਿਹਦੇ ਅੰਦਰ ਐਸ ਯੂ ਰਾਈਟਲੀ ਸੈਡ ਇਟ ਮੈਂਟਰਿੰਗ ਹੋ ਗਈ ਜਿਹਦੇ ਅੰਦਰ ਫਾਈਨੈਂਸ਼ੀਅਲ ਸਪੋਰਟ ਹੋ ਗਈ ਯੂ نو ਐਕਸੈਸ ਟੂ ਕੈਪੀਟਲ ਹੋ ਗਿਆ ਔਰ ਪਲੱਸ ਅਦਰ ਇਨਫਰਾਸਟ੍ਰਕਚਰ ਐਂਡ ਰਿਸੋਰਸਿਸ ਵਾਟ ਦੇ ਨੀਡ ਅਗਰ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਤਾਂ ਦੇ ਵਿਲ ਬੀ ਦਾ ਡਰਾਈਵਰ ਆਫ ਆਵਰ ਨੈਕਸਟ ਏਰਾ ਆਫ ਇਕਨੋਮਿਕ ਗਰੋਥ ਜਦੋਂ ਆਪਣੇ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਐਂਟਰਪ੍ਰੈਨਿਓਰਸ਼ਿਪ ਨੂੰ ਅਤੇ ਸਟਾਰਟਅਪ ਨੂੰ ਖੋਲਣ ਨੂੰ ਕਿਵੇਂ ਬੜਾਵਾ ਦੇ ਸਕਦੇ ਹਾਂ ਸਾਡਾ ਆਪਣੀ ਕਮਿਊਨਿਟੀ ਦਾ ਇੱਕ ਵੈਂਚਰ ਫੰਡ ਕ੍ਰੀਏਟ ਹੋਣਾ ਚਾਹੀਦਾ ਹੈ ਅਸੀਂ ਆਪਣਾ ਇੱਕ ਡ੍ਰੈਗਨ ਡੈਨ ਕਾਈਂਡ ਆਫ ਅ ਪ੍ਰੋਗਰਾਮ ਸਟਾਰਟ ਕਰੀਏ ਜਿਹਦੇ ਜਰੀਏ ਅਸੀਂ ਜਿੰਨੇ ਵੀ ਨਵੇਂ ਐਂਟਰਪ੍ਰੈਨਿਓਰਸ ਹੈਗੇ ਨੇ ਜਿਨ੍ਹਾਂ ਨੂੰ ਐਕਸੈਸ ਨਹੀਂ ਹੈਗੀ ਕੈਪੀਟਲ ਦੀ ਬਟ ਆਈਡੀਆਜ਼ ਦੇ ਹੈਵ ਬ੍ਰਾਈਟ ਆਫ ਦਾ ਬ੍ਰਾਈਟੈਸਟ ਅਸੀਂ ਉਹਨਾਂ ਨੂੰ ਸਪੋਰਟ ਕਰ ਸਕੀਏ ਸਿਹਤ ਸੰਭਾਲ ਖੇਤਰ ਤੇਜ਼ੀ ਨਾਲ ਵਿਕਸਿਤ ਹੁੰਦਾ ਖੇਤਰ ਹੈ ਜਿਸ ਦੀ ਅਹਿਮੀਅਤ ਮਹਾਮਾਰੀ ਦੌਰਾਨ ਹੋਰ ਵੀ ਉਜਾਗਰ ਹੋਈ ਲੋਕ ਇਸ ਖਿੱਤੇ ਵਿੱਚ ਘਰੋਂ ਆਨਲਾਈਨ ਡਾਂਸ ਜਾਂ ਯੋਗਾ ਕਲਾਸਿਸ ਚਲਾਉਂਦੇ ਰਹੇ ਜਾਂ ਕੁਝ ਨਾ ਦਾ ਮੰਤਵ ਆਯੁਰਵੇਦ ఫిਜ਼ੀਓਥੈਰੇਪੀ ਅਤੇ ਸੰਪੂਰਨ ਸਿਹਤ ਨਾਲ ਜੁੜੇ ਕਾਰੋਬਾਰ ਕਰਨ ਦਾ ਵੀ ਹੈ ਸਤੀਸ਼ ਦੱਸਦੇ ਨੇ ਕਿ ਅਜਿਹੇ ਕਾਰੋਬਾਰਾਂ ਨੂੰ ਹੰਗਾਰਾ ਦੇਣ ਅਤੇ ਹੋਰ ਨੌਕਰੀਆਂ ਪੈਦਾ ਕਰਨ ਦੇ ਮਕਸਦ ਦੇ ਨਾਲ ਉਹਨਾਂ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੀ ਮਦਦ ਨਾਲ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਵੀ ਹੈਵ ਕ੍ਰੀਏਟਿਡ ਅ ਮਿਲੀਅਨ ਡਾਲਰ ਰਿਸਰਚ ਫੰਡ ਕਿ ਹਾਉ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਐਂਡ ਆਲਸੋ ਯੂ ਐਚ ਐਨ ਕੈਨ ਵਰਕ ਟੁਗੇਦਰ ਜਿਦੇ ਅੰਦਰ ਐਵਿਡੈਂਸ ਬੇਸ ਰਿਸਰਚ ਬਾਈ ਕੰਬਾਈਨਿੰਗ ði ਪ੍ਰੈਕਟਿਸਸਸ ਆਫ ਆਯੁਰਵੇਦਾ ਐਂਡ ਐਸ ਵੈਲ ਐਸ ði ਮਾਡਰਨ ਸਾਇੰਸ ਜਿਹੜਾ ਕਿ ਅਸੀਂ ਇੱਕ ਸਭ ਲੋਗਾ ਨੂੰ ਐਸੇ ਫਾਇਦੇ ਜਿਹੜੇ ਹੈਗੇ ਕੰਬਾਈਨ ਐਸ ਅ ਹੋਲਿਸਟਿਕ ਸਾਇੰਸ ਦੇ ਤਰ੍ਹਾਂ ਅੱਗੇ ਪਹੁੰਚਾ ਸਕੀਏ ਹਾਲੀ ਵਿੱਚ ਫੋਰਡ ਸਰਕਾਰ ਨੇ ਕਿਹਾ ਕਿ ਉਹ ਇਲੈਕਟ੍ਰਿਕ ਵਹੀਕਲਸ ਨੂੰ ਹੁੰਗਾਰਾ ਦੇਣ ਲਈ ਕਦਮ ਚੁੱਕ ਰਹੇ ਨੇ ਅਤੇ ਇਸ ਖੇਤਰ ਵਿੱਚ ਹੋਰ ਨਿਵੇਸ਼ ਕਰਨਗੇ ਕੋਈ ਵੀ ਗਵਰਨਮੈਂਟ ਹੈਗੀ ਹੈ ਉਹ ਗਵਰਨਮੈਂਟ ਕੰਮ ਕਰਦੀ ਹੈ ਬੇਸਡ ਅਪਨ ਰੈਵਨਿਊ ਇਟਸ ਐਕਸਪੈਂਸਸ ਕੋਈ ਵੀ ਤੁਸੀਂ ਐਫਰਟ ਜਾਂ ਇਨੀਸ਼ੀਏਟਿਵ ਅੱਗੇ ਲੈ ਕੇ ਆਣਾ ਚਾਹੁੰਦੇ ਹੋ ਉਹਨੂੰ ਫਿਸਕਲੀ ਵੈਰੀ ਰਿਸਪਾਂਸਿਬਲ ਹੋਣਾ ਚਾਹੀਦਾ ਸतीश ਮੁਤਾਬਕ ਇਹ ਖੇਤਰ ਕਈ ਛੋਟੀਆਂ ਵੱਡੀਆਂ ਕੰਪਨੀਆਂ ਨੂੰ ਕਈ ਨੌਕਰੀਆਂ ਦੇ ਮੌਕੇ ਅਤੇ ਹਾਰਡਵੇਅਰ ਬਣਾਉਣ ਦੇ ਮੌਕੇ ਵੀ ਦੇਵੇਗਾ ਅਤੇ ਸਰਕਾਰ ਦੇ ਇਸ ਕਦਮ ਦਾ ਸतीश ਆਪਣੀ ਸਬੈਤਾ ਦੇ ਪੱਖੋਂ ਅਤੇ ਕਾਰੋਬਾਰੀ ਹੋਣ ਦੇ ਨਾਤੇ ਦੋਵਾਂ ਪੱਖੋਂ ਸਮਰਥਨ ਕਰਦੇ ਨੇ ਜਿਹੜਾ ਇਹ ਸਾਡਾ ਸ਼ਰੀਰ ਹੈਗਾ ਉਹ ਪੰਜ ਤੱਤਾਂ ਦਾ ਬਣਿਆ ਹੋਇਆ ਵਿਚ ਇਸ ਪਾਰਟ ਆਫ ਨੇਚਰ ਅਰਥ ਫਾਇਰ ਵਾਟਰ 에ਅਰ ਐਂਡ ਸਪੇਸ ਸੋ ਸਾਨੂੰ ਕੁਝ ਵੀ ਐਸਾ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੀ ਮਦਰ ਅਰਥ ਨੂੰ এনवायरमेंट ਨੂੰ ਨੇਚਰ ਨੂੰ ਕੋਈ ਵੀ ਨੁਕਸਾਨ ਪਹੁੰਚੇ So, for we all have to work together. Today, date which electric vehicle is a, is a kind of a buzzword, because I think that is uh, going to be the way. Current government is investing money and also trying to uh, promote this sector in Ontario and elsewhere. they, they should become the uh, key driver of our you know next uh, decade of growth.